ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੇਸੀ ਤੜਕਾ ਦੇਖਣ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਦਾਂ ਕਿ ਤੁਹਾਨੂੰ ਪਤਾ, ਮਹੀਨੇ ਕੁ ਪਹਿਲਾਂ ਇੱਕ ਸੋਸ਼ਲ ਮੀਡੀਆ 'ਤੇ ਜੈਸਮੀਨ ਸੈਂਟਲਾਸ ਦੀ ਪੋਸਟ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਖਬਰ ਵਿੱਚ ਲਿਖਿਆ ਹੋਇਆ ਸੀ ਕਿ ਆਸਟ੍ਰੇਲੀਆ ਸ਼ੋਅ ਦੇ ਦੌਰਾਨ ਨੱਚਦੀ ਨੱਚਦੀ ਦੀ ਬਾਂਹ ਫੜ ਲਈ। ਸੋ ਵੀਰੋ, ਇਸ ਖਬਰ ਦੇ ਠੋਸ ਸਬੂਤ ਨਾ ਹੋਣ ਕਰਕੇ ਲੋਕਾਂ ਨੇ ਇਸ ਨੂੰ ਫੇਕ ਫੇਕ ਕਹਿ ਕੇ ਅਣਸੁਣਾ ਕਰਤਾ। ਸੋ ਅੱਜ ਇਸ ਦੀ ਵੀਡੀਓ ਬਹੁਤ ਹੀ ਸਮੇਂ ਬਾਅਦ ਨਿਕਲ ਕੇ ਆਈ ਹੈ, ਜੋ ਕਿ ਪੱਕੇ ਆਸਟ੍ਰੇਲੀਆ ਵਾਲੇ ਫੇਸਬੁੱਕ ਪੇਜ ਨੇ ਪੋਸਟ ਕੀਤੀ ਹੈ। ਜੀ ਹਾਂ ਦੋਸਤੋ, ਜਿੱਦਾਂ ਕਿ ਤੁਸੀਂ ਵੀਡੀਓ ਵਿੱਚ ਸਾਫ ਸਾਫ ਦੇਖ ਸਕਦੇ ਕਿ ਜੈਸਮੀਨ ਸੈਂਟਲਾਸ ਗਾਉਂਦੀ ਗਾਉਂਦੀ ਸਟੇਜ ਤੋਂ ਨੀਚੇ ਉਤਰ ਗਈ ਸੀ ਅਤੇ ਉਹਨਾਂ ਨੂੰ ਗਾਇਕੀ ਦਾ ਇੰਨਾ ਚਾਅ ਚੜ ਗਿਆ ਸੀ, ਉਹ ਨੀਚੇ ਗਾਉਂਦੀ ਗਾਉਂਦੀ ਆਡੀਅੰਸ ਵਿੱਚ ਪਹੁੰਚ ਗਈ ਅਤੇ ਉਹਨਾਂ ਨਾਲ ਹੱਥ ਮਿਲਾਉਣ ਲੱਗ ਗਈ ਅਤੇ ਸ਼ਰਾਰਤੀ ਅੰਸਰ ਵੱਲੋਂ ਹੱਥ ਮਿਲਾਉਂਦੀ ਮਿਲਾਉਂਦੀ ਦੀ ਬਾਂਹ ਖਿੱਚ ਲਈ ਗਈ। ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਬਾਉਂਸਰਾਂ ਨੇ ਉਸਨੂੰ ਛੁਡਾਉਣ ਦੀ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ ਅਤੇ ਆਖਿਰ ਵਿੱਚ ਜਦੋਂ ਮਾਮਲਾ ਗਰਮ ਹੋ ਗਿਆ ਤਾਂ ਤੁਸੀਂ ਵੀਡੀਓ ਦੇ ਲਾਸਟ ਵਿੱਚ ਦੇਖ ਸਕਦੇ ਕਿੱਦਾਂ ਚਿੱਟੀ ਸ਼ਰਟ ਵਾਲੇ ਨੇ ਆਡੀਅੰਸ ਦੇ ਅੱਗੇ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਕਿਹਾ ਵੀ ਕੋਈ ਉਹ ਇੱਦਾਂ ਦਾ ਹੰਗਾਮਾ ਨਾ ਬਣਾਓ ਜਿਸ ਕਰਕੇ ਸ਼ੋਅ ਖਰਾਬ ਹੋ ਜਾਵੇ। ਸੋ ਵੀਰੂ, ਮੈਂ ਲੈਣਾ ਸਭ ਤੋਂ ਇਜਾਜ਼ਤ, ਜਲਦੀ ਮਿਲਾਂਗੇ ਹੋਰ ਨਵੀਂ ਵੀਡੀਓਜ਼ 'ਤੇ ਹੋਰ ਨਵੇਂ ਅਪਡੇਟਸ ਨਾਲ। ਤੁਸੀਂ ਦੇਖ ਰਹੇ ਹੋ ਦੇਸੀ ਤੜਕਾ, ਧੰਨਵਾਦ।